ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅਸਤੀਫਾ ਦੇ ਦਿੱਤਾ ਗਿਆ। ਹਾਲਾਂਕਿ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ। ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਮੇਅਰ ਦੀ ਚੋਣ ਹੋਈ। ਜਿਹੜਾ ਪ੍ਰੈਜ਼ੀਡਿੰਗ ਅਧਿਕਾਰੀ ਸੀ ਉਹਨੇ 8 ਵੋਟਾਂ ਦੂਜਿਆਂ ਦੀਆਂ ਰੱਦ ਕਰਤੀਆਂ। ਮਾਮਲਾ ਹਾਈਕੋਰਟ, ਹਾਈਕੋਰਟ ਤੋਂ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਅਮਿਤ ਸ਼ਾਹ ਨੂੰ ਮਿਲਣਾ, ਅੱਜ ਅਸਤੀਫਾ ਦੇ ਦੇਣਾ, ਇਹਦੇ ਪਿੱਛੇ ਬਹੁਤ ਵੱਡਾ ਕੋਈ ਰਹੱਸ ਛੁਪਿਆ ਹੋਇਆ ਹੈ। ਰਾਜਪਾਲ ਸਿੰਘ ਖਹਿਰਾ ਵੱਲੋਂ ਡੇਰਾ ਬੱਲਾ ਨੂੰ ਜੋ ਪੈਸੇ ਦਿੱਤੇ ਗਏ ਸੀ ਉਹਦਾ ਇੱਕ ਵੱਡਾ ਖੁਲਾਸਾ ਕੀਤਾ। RTI ਦੀ ਜਾਣਕਾਰੀ ਅਸੀਂ ਲਈ ਹੈ, ਡੇਰਾ ਬੱਲਾ ਜਿਨ੍ਹਾਂ ਨੂੰ 25 ਕਰੋੜ ਰੁਪਏ ਦੀ ਗੱਲ ਕੀਤੀ ਹੈ, ਪਹਿਲਾਂ ਉੱਥੇ ਚੰਨੀ ਸਾਹਿਬ ਨੇ ਵੀ ਅਨਾਊਂਸਮੈਂਟ ਕੀਤੀ ਸੀ, ਮੁੜ ਕੇ ਭਗਵੰਤ ਮਾਨ ਤੇ ਅਰਵਿੰਦ ਕੇਜਰੀਵਾਲ ਜਾ ਪਹੁੰਚੇ। ਮਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਹਨ ਅਤੇ ਟੋਲ ਪਲਾਜ਼ਾ ਵੀ ਫ੍ਰੀ ਕਰ ਦਿੱਤੇ ਗਏ। ਪਹਿਲਾਂ ਪਰਵਿੰਦਰ ਝੋਟੇ ਵਾਲਾ, ਉਹਨਾਂ ਨੂੰ ਵੀ ਧਰਨਾ ਲਾਉਣਾ ਪਿਆ, ਫਿਰ ਇਹ ਹਰਕਤ 'ਚ ਆਏ ਅਤੇ ਉਹਨੂੰ ਰਿਹਾਅ ਕੀਤਾ ਗਿਆ। ਇਹਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ, ਸਾਰੀਆਂ ਹੀ ਸਿਆਸੀ ਪਾਰਟੀਆਂ ਇਹਨਾਂ ਨੂੰ ਛੱਡ ਕੇ ਇਹ ਵੱਡੇ ਪੱਧਰ ਦੇ ਉੱਤੇ ਤਜਰਬਾ ਹੁੰਦਾ। ਇਹ ਕਹਿਣਾ ਕਿ ਮੈਨੂੰ ਤਾਂ ਸਾਰਾ ਕੁਛ ਹੀ ਪਤਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਰਸਤੇ 'ਚ ਘੇਰ ਲਿਆ, ਉੱਥੇ ਲੱਖਾਂ ਸਧਾਰਾ ਪਹੁੰਚ ਗਿਆ ਆਪਣੀ ਟੀਮ ਨੂੰ ਲੈ ਕੇ। ਬਹੁਤ ਸਾਰੇ ਕਿਸਾਨਾਂ 'ਤੇ ਗੰਦੇ ਪਾਣੀ ਦੀਆਂ ਵਿਛਾੜਾਂ ਮਾਰੀਆਂ। ਜਿੰਨੇ ਤੇਜ਼ੀ ਨਾਲ ਤੁਸੀਂ ਅਕਸ ਬਣਿਆ ਸੀ ਲੋਕ ਉਹਨਾਂ ਤੋਂ ਫੇਲ, ਅਕਾਲੀ ਭਾਜਪਾ ਕਾਂਗਰਸ ਉਹਨਾਂ ਦੇ ਵਿਰੋਧ ਦੇ ਵਿੱਚ ਤੁਹਾਨੂੰ ਵੋਟਾਂ ਪਾਈਆਂ ਸੀ ਅਤੇ ਤੁਸੀਂ ਉਹਦਾ ਫਾਇਦਾ ਨਹੀਂ ਉਠਾ ਸਕੇ। ਕਿਰਪਾ ਕਰੋ, ਇਹਨੂੰ ਨਜਿੱਠੋ। ਸਤਿ ਸ਼੍ਰੀ ਅਕਾਲ, ਮੈਂ ਬਲਵਿੰਦਰ ਸਿੰਘ ਹਾਜ਼ਰਾਂ ਪ੍ਰੋਗਰਾਮ ਇੱਕ ਮੇਰੀ ਵੀ ਸੁਣੋ ਲੈ ਕੇ। ਇਸ ਪ੍ਰੋਗਰਾਮ ਦੇ ਵਿੱਚ ਅਸੀਂ ਦਿਨ ਭਰ ਦੀਆਂ ਕੁਝ ਅਹਿਮ ਅਤੇ ਵੱਡੀਆਂ ਖਬਰਾਂ ਦੇ ਉੱਤੇ ਖੁੱਲ੍ਹ ਕੇ ਵਿਚਾਰ ਚਰਚਾ ਕਰਦੇ ਹਾਂ ਅਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸਾਡੇ ਚੈਨਲ ਦੇ ਸੀਨੀਅਰ ਐਡੀਟਰ ਜਸਪਾਲ ਸਿੰਘ ਢਿੱਲੋਂ ਜੀ। ਆਉਣ ਦਾ ਪਹਿਲਾਂ ਸਵਾਗਤ ਕਰਦੇ ਹਾਂ। ਢਿੱਲ ਸਾਹਿਬ, ਸਵਾਗਤ ਹੈ ਜੀ। ਬਹੁਤ ਬਹੁਤ ਸ਼ੁਕਰੀਆ, ਮਿਹਰਬਾਨੀ ਜੀ। ਢਿੱਲ ਸਾਹਿਬ, ਨਾਲ ਹੀ ਗੱਲ ਕਰਦੇ ਹਾਂ, ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਅਸਤੀਫਾ ਦੇ ਦਿੱਤਾ ਗਿਆ, ਹਾਲਾਂਕਿ ਉਹਨਾਂ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੱਤਾ ਜੀ। ਦੇਖੋ, ਹੁੰਦਾ ਇਸੇ ਤਰ੍ਹਾਂ ਹੀ ਹੈ ਕਿ ਮੈਂ ਬਹੁਤ ਰੁੱਝਿਆ ਹੋਇਆ, ਭਲਾ ਕਿਤੇ ਐਡੀ ਮਲਾਈਦਾਰ ਕੁਰਸੀ ਕੋਈ ਛੱਡਦਾ ਜਿੱਥੇ ਪੂਰਾ ਰਾਜ ਭਾਗ ਹੋਵੇ ਅਤੇ ਆਸੇ ਪਾਸੇ। ਬਨਵਾਰੀ ਲਾਲ ਪੁਰੋਹਿਤ ਕੱਲ੍ਹ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਣ ਜਾਂਦੇ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਅੰਮ੍ਰਿਤਸਰ ਚੰਡੀਗੜ੍ਹ ਨਗਰ ਨਿਗਮ ਦੇ ਵਿੱਚ ਮੇਅਰ ਦੀ ਚੋਣ ਹੋਈ। ਜਿਹੜਾ ਪ੍ਰੈਜ਼ੀਡਿੰਗ ਅਧਿਕਾਰੀ ਸੀ ਉਹਨੇ 8 ਵੋਟਾਂ ਦੂਜਿਆਂ ਦੀਆਂ ਰੱਦ ਕਰਤੀਆਂ। ਮਾਮਲਾ ਹਾਈਕੋਰਟ, ਹਾਈਕੋਰਟ ਤੋਂ ਸੁਪਰੀਮ ਕੋਰਟ ਤੱਕ ਪਹੁੰਚ ਗਿਆ। ਜਦੋਂ ਸੁਪਰੀਮ ਕੋਰਟ ਨੇ ਸੁਣਵਾਈ ਲਈ ਹਾਮੀ ਭਰਤੀ, ਇੰਝ ਲੱਗਦਾ ਕਿ ਹੋਣਾ ਕੀ ਹੈ, ਕੁਛ ਨਹੀਂ ਕਹਿ ਸਕਦੇ।
ਪਰ ਜੇ ਸੁਪਰੀਮ ਕੋਰਟ ਨੇ ਇਹ ਕਹਿਤਾ ਕਿ ਕਿਸੇ ਹਾਈ ਕੋਰਟ ਦੇ ਜੱਜ ਸਾਹਿਬ ਦੀ ਅਗਵਾਈ ਵਿੱਚ ਦੁਬਾਰਾ ਤੋਂ ਚੋਣ ਕਰਾਈ ਜਾਵੇ, ਅਜਿਹੀ ਸਥਿਤੀ ਦੇ ਵਿੱਚ ਜੇ ਬਾਜੀ ਪਲਟ ਗਈ ਤਾਂ ਭਾਰਤੀ ਜਨਤਾ ਪਾਰਟੀ ਦੇ ਪੱਲੇ ਕੀ ਰਹਿ ਜੂਗਾ? ਕੱਲ੍ਹ ਅਮਿਤ ਸ਼ਾਹ ਨੂੰ ਮਿਲਣਾ, ਅੱਜ ਅਸਤੀਫਾ ਦੇ ਦੇਣਾ, ਇਹਦੇ ਪਿੱਛੇ ਬਹੁਤ ਵੱਡਾ ਕੋਈ ਰਹੱਸ ਛੁਪਿਆ ਹੋਇਆ ਹੈ ਜਿਹੜਾ ਅਗਲੇ ਦਿਨਾਂ ਦੇ ਵਿੱਚ ਜੱਗ ਜ਼ਾਹਰ ਹੋ ਜਾਵੇਗਾ। ਇਸ ਗੱਲ ਦੀ ਪੂਰਨ ਉਮੀਦ ਹੈ। ਸੋ ਮੈਂ ਮਹਿਸੂਸ ਕਰਦਾ ਕਿ ਕੋਈ ਨਾ ਕੋਈ ਕਾਰਨ ਜ਼ਰੂਰ ਹੈ ਜਿਹਦੇ ਕਰਕੇ ਸਾਡੇ ਮਾਣਯੋਗ ਗਵਰਨਰ ਬਨਵਾਰੀ ਲਾਲ ਪੁਰੋਹਿਤ ਸਾਹਿਬ ਨੂੰ ਆਪਣਾ ਅਹੁਦਾ ਛੱਡਣਾ ਪਿਆ। ਇਹਦੇ ਸਿਆਸੀ ਕਾਰਨ ਵੀ ਹੋ ਸਕਦਾ, ਕੁਝ ਹੋਰ ਵੀ ਹੋ ਸਕਦਾ, ਪਰ ਲੋਕ ਸਭਾ ਚੋਣਾਂ ਜਦੋਂ ਜਮਾ ਐਨ ਬੂਹੇ 'ਤੇ ਖੜੀਆਂ ਨੇ, ਅਜਿਹੇ ਮੌਕੇ ਰਾਜਪਾਲ ਸਾਹਿਬ ਨੂੰ, ਰਾਜਪਾਲ ਸਾਹਿਬ ਤਾਂ ਉਹਨਾਂ ਦੀ ਗੱਲ ਹੀ ਬੜੀ ਸੁਣਦੇ ਸੀ, ਜੋ ਉਹਨਾਂ ਦੀ ਨੀਤੀ ਸੀ ਉਹਨੂੰ ਇਹਨਾਂ ਬਿਨ ਲਾਗੂ ਕਰਨ ਦੇ ਵਿੱਚ ਬਹੁਤ ਕੰਮ ਕਰਦੇ ਸਨ। ਇਹ ਮੈਂ ਸਮਝਦਾ ਕਿ ਇਹ ਕੋਈ ਇਹਦੇ ਪਿੱਛੇ ਕਾਰਨ ਹੈ ਜਿਹੜਾ ਅਗਲੇ ਦਿਨਾਂ ਦੇ ਵਿੱਚ ਕਲੀਅਰ ਹੋ ਜਾਵੇਗਾ। ਆਮ ਚਰਚਾ ਸਿਆਸੀ ਘੇਰਿਆਂ ਦੇ ਵਿੱਚ ਇਹ ਵੀ ਮੰਨੀ ਜਾਂਦੀ ਹੈ ਕਿ ਜਿਹੜੀ ਚੰਡੀਗੜ੍ਹ ਨਗਰ ਨਿਗਮ ਦੀ ਚੋਣ ਹੈ ਸ਼ਾਇਦ ਉਹ ਨਾ ਮੁੱਖ ਕਾਰਨ ਬਣਿਆ ਹੋਵੇ। ਜੀ ਸੋ ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਵੱਲੋਂ ਡੇਰਾ ਬੱਲਾ ਨੂੰ ਜੋ ਪੈਸੇ ਦਿੱਤੇ ਗਏ ਸੀ ਉਹਦਾ ਇੱਕ ਵੱਡਾ ਖੁਲਾਸਾ ਕੀਤਾ ਉਹਨਾਂ ਨੇ। ਦੇਖੋ, ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ RTI ਦੀ ਜਾਣਕਾਰੀ ਅਸੀਂ ਲਈ ਹੈ, ਡੇਰਾ ਬੱਲਾ ਜਿਨ੍ਹਾਂ ਨੂੰ 25 ਕਰੋੜ ਰੁਪਏ ਦੀ ਗੱਲ ਕੀਤੀ ਹੈ, ਪਹਿਲਾਂ ਉੱਥੇ ਚੰਨੀ ਸਾਹਿਬ ਨੇ ਵੀ ਅਨਾਊਂਸਮੈਂਟ ਕੀਤੀ ਸੀ, ਮੁੜ ਕੇ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਜਾ ਪਹੁੰਚੇ। ਕਹਿੰਦੇ DC ਦਫ਼ਤਰ ਜਲੰਧਰ ਦੇ ਅੰਕੜਾ ਵਿਭਾਗ ਦੇ ਖਾਤੇ ਵਿੱਚ ਇਹ ਰਕਮ ਅਣਵਰਤੀ ਪਈ ਹੈ, ਜਿਹੜਾ ਵਿਆਜ ਹੋਇਆ ਉਹ ਵੀ ਖਾਤੇ ਦੇ ਵਿੱਚ ਹੀ ਜਮ੍ਹਾਂ ਕੀਤਾ ਜਾ ਰਿਹਾ ਹੈ। ਕੀ ਲੋਕ ਉਹਨਾਂ ਰਵਾਇਤੀ ਆਗੂਆਂ ਨਾਲੋਂ ਵੱਖਰੇ ਹਨ? ਸਿਰਫ ਅਤੇ ਸਿਰਫ ਇਹਨਾਂ ਦੇ ਉੱਤੇ ਵੋਟ ਰਾਜਨੀਤੀ ਕੀਤੀ ਜਾ ਰਹੀ ਹੈ। ਉਹਨਾਂ ਨੇ ਕਿਹਾ ਕਿ ਵੋਟ ਰਾਜਨੀਤੀ ਨਹੀਂ ਹੋਣੀ ਚਾਹੀਦੀ, ਅਤੇ ਜੇ ਸਰਕਾਰ ਉੱਥੇ ਉਹ ਪੈਸੇ ਦੇ ਕੇ ਆਈ ਸੀ ਤਾਂ ਉਹਨੂੰ ਖਰਚ ਵੀ ਕੀਤਾ ਜਾਂਦਾ, ਅਣਵਰਤਿਆ ਪੈਸਾ ਕਿਉਂ ਪਿਆ, ਇਹ ਸਮਝ ਤੋਂ ਬਾਹਰ ਦੀ ਗੱਲ ਹੈ ਜਿਹੜੇ ਮਾਮਲੇ ਨੂੰ ਸੁਖਪਾਲ ਸਿੰਘ ਖਹਿਰੇ ਨੇ ਚੱਕਿਆ। ਜੀ ਸੋ ਨਾਲ ਹੀ ਗੱਲ ਕਰਦੇ ਜੀ ਕਿ ਭਾਨਾ ਸਿੱਧੂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਜਥੇਬੰਦੀਆਂ ਵੱਲੋਂ ਧਰਨੇ ਪ੍ਰਦਰਸ਼ਨ ਕੀਤੇ ਨੇ ਅਤੇ ਅੱਜ ਟੋਲ ਪਲਾਜ਼ਾ ਵੀ ਫ੍ਰੀ ਕਰ ਦਿੱਤੇ ਗਏ ਨੇ ਜੀ। ਦੇਖੋ, ਜਿਹੜਾ ਭਾਨੇ ਸਿੱਧੂ ਵਾਲਾ ਮਾਮਲਾ ਹੈ, ਮੈਂ ਸਮਝਦਾ ਕਿ ਸਰਕਾਰ ਸਹੀ ਤਰੀਕੇ ਨਾਲ ਨਜਿੱਠ ਨਹੀਂ ਰਹੀ। ਪਹਿਲਾਂ ਪਰਵਿੰਦਰ ਝੋਟੇ ਵਾਲਾ, ਉਹਨਾਂ ਨੂੰ ਵੀ ਧਰਨਾ ਲਾਉਣਾ ਪਿਆ, ਫਿਰ ਇਹ ਹਰਕਤ 'ਚ ਆਏ ਅਤੇ ਉਹਨੂੰ ਰਿਹਾ ਕੀਤਾ ਗਿਆ। ਉਹਦੇ ਤੋਂ ਸਬਕ ਨਹੀਂ ਸਿੱਖਿਆ ਸਰਕਾਰ ਨੇ ਕੋਈ। ਹੁਣ ਉਹ ਲੋਕ ਸਭਾ ਹਲਕਾ ਜਦੋਂ ਜਮ੍ਹਾਂ ਸਿਰ 'ਤੇ ਚੋਣਾਂ ਨੇ, ਇਸ ਮਾਲਵੇ ਨੇ ਤੁਹਾਨੂੰ 92 ਦਿੱਤੇ ਆ, ਸਭ ਤੋਂ ਵੱਧ 92 'ਚ,
ਅਤੇ ਮਾਲਵਾ ਅਕਾਲੀ ਦਲ ਨੂੰ ਪੁੱਛ ਲਓ ਜਾ ਕੇ ਕਿ 2007 ਤੋਂ ਮਾਲਵਾ ਅਕਾਲੀ ਦਲ ਤੋਂ ਐਸਾ ਪਿੱਛੇ ਹਟਿਆ, ਹਾਲਾਂਕਿ 2007 'ਚ ਸਰਕਾਰ ਬਣ ਗਈ ਪਰ ਮਾਲਵੇ ਦੀਆਂ ਬਹੁ ਗਿਣਤੀ ਸੀਟਾਂ ਕਾਂਗਰਸ ਲੈ ਗਈ। ਉਸ ਤੋਂ ਬਾਅਦ ਅਕਾਲੀ ਦਲ ਦੇ ਪੈਰ ਨਹੀਂ ਲੱਗੇ ਮਾਲਵੇ 'ਚ। ਹੁਣ ਤੁਸੀਂ ਜਾ ਕੇ ਦੇਖੋ ਜੇ ਉਹਦੇ 'ਤੇ ਕੋਈ ਪਰਚਾ ਸੀ ਸਿੰਪਲ ਤੁਸੀਂ ਦਰਜ ਕਰਤਾ, ਲੁਧਿਆਣੇ ਦੀ ਅਦਾਲਤ ਨੇ ਉਹਨੂੰ ਜ਼ਮਾਨਤ ਦੇ ਦਿੱਤੀ, ਦੂਜੇ ਕੇਸ 'ਚ ਪਟਿਆਲੇ, ਤੀਜਾ ਮੋਹਾਲੀ, ਉੱਥੋਂ ਫਿਰ ਉਹ ਜੇਲ੍ਹ 'ਚ ਚਲਿਆ ਗਿਆ। ਇਹਨੂੰ ਲੈ ਕੇ ਅੱਜ ਕਿਸਾਨ ਜਥੇਬੰਦੀਆਂ ਸਾਰੀਆਂ ਹੀ ਸਿਆਸੀ ਪਾਰਟੀਆਂ ਇਹਨਾਂ ਨੂੰ ਛੱਡ ਕੇ ਇਹ ਵੱਡੇ ਪੱਧਰ ਦੇ ਉੱਤੇ ਤਜਰਬਾ ਤਜਰਬਾ ਹੁੰਦਾ ਹੈ ਇਹ ਕਹਿਣਾ ਕਿ ਮੈਨੂੰ ਤਾਂ ਸਾਰਾ ਕੁਛ ਹੀ ਪਤਾ ਹੈ। ਤਜਰਬਾ ਬਹੁਤ ਵੱਡੀ ਚੀਜ਼ ਹੁੰਦੀ ਹੈ ਅਤੇ ਕਿਵੇਂ ਗਵਰਨੈਂਸ ਦੇਣੀ ਹੈ, ਕਿਵੇਂ ਨਜਿੱਠਣਾ ਹੈ। ਇੱਕ ਪਾਸੇ ਬਿਜਲੀ ਬੋਰਡ, ਉਹਨਾਂ ਦੀ ਮਾੜੀ ਜਿਹੀ ਧਮਕੀ ਆਈ ਅਤੇ ਤਨਖਾਹਾਂ ਪਾ ਦਿੱਤੀਆਂ, ਪਹਿਲਾਂ 30-30 ਹਜ਼ਾਰ ਖਾਤਿਆਂ 'ਚ ਪਾਈ, ਕੀ ਗੱਲ ਕਿਉਂ ਦਿੱਤੀ ਮੁਕਤਖੋਰੀ ਜਦੋਂ ਪਤਾ ਕਿ ਦਿੱਤੀ ਨਹੀਂ ਜਾ ਸਕਦੀ। ਇਹ ਚੀਜ਼ ਮੇਰਾ ਖਿਆਲ ਪੁਲਿਸ ਵੀ ਜਾਣ ਬੁੱਝ ਕੇ ਕਥਿਤ ਰੂਪ ਦੇ ਵਿੱਚ ਦੋਸ਼ ਲੱਗ ਰਹੇ ਨੇ ਉਹਨਾਂ 'ਤੇ ਕਿ ਇਹ ਸਰਕਾਰ ਨੂੰ ਹੈਂਡਲ ਕਰਨਾ ਆਉਂਦਾ ਹੀ ਨਹੀਂ, ਜਿਨ੍ਹਾਂ ਦਾ 1.5 ਸਾਲ ਤੋਂ DGPO ਕਾਰਜਕਾਰੀ ਹੋਵੇ, ਉਹਦੇ ਨਾਲ ਸੀਨੀਅਰ ਬੰਦੇ ਬੈਠੇ ਨੇ, ਇਹਨਾਂ ਨੇ ਜਿਹੜਾ ਟਕਰਾਅ ਦੀ ਨੀਤੀ ਅਤੇ ਪੰਜਾਬ ਹੈ ਇਹ ਟਕਰਾਅ ਟਕਰੂ ਨਹੀਂ। ਤੁਸੀਂ ਪਹਿਲਾਂ ਟ੍ਰੇਲਰ ਦੇਖੇ ਨਹੀਂ ਜਦੋਂ ਕਿਸਾਨ ਅੰਦੋਲਨ ਕਿਸਾਨ ਦਿੱਲੀ ਨੂੰ ਗਏ ਨੇ, ਕਿਹੜੇ ਤਰੀਕੇ ਦੇ ਨਾਲ ਉਹਨਾਂ ਤੋਂ ਨਜਿੱਠਿਆ ਨਾ ਗਏ, ਤਾਂ 2 ਦਿਨਾਂ ਵਾਸਤੇ ਸੀ ਉਹ 25 ਅਤੇ 26 ਨਵੰਬਰ, ਅਤੇ 2 ਦਿਨਾਂ ਦੇ ਵਿੱਚ ਉੱਥੇ ਬੈਠ ਕੇ ਧਰਨਾ ਦੇ ਕੇ ਮੁੜੇ ਆਉਂਦੇ, ਟਕਰਾਅ ਦੀ ਨੀਤੀ ਨੇ 1.25 ਸਾਲ ਵਹਾ ਤੇ ਅਤੇ ਮੰਗਾਂ ਮਨਵਾ ਕੇ ਉੱਠੇ। ਇਹ ਇੱਕ ਵੱਖਰੀ ਗੱਲ ਆ ਵੀ ਲਾਗੂ ਹੋਈਆਂ ਨਾ ਹੋਈਆਂ, ਇਹ ਆਪਸ ਵਿੱਚ ਦੀ ਫਟ ਕੇ ਦੁਬਾਰਾ ਫੇਰ ਹੁਣ ਜਾ ਕੌਣ ਉੱਥੇ ਰਿਹਾ। ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਰਸਤੇ 'ਚ ਘੇਰ ਲਿਆ, ਉੱਥੇ ਲੱਖਾਂ ਸਧਾਰਨਾ ਪਹੁੰਚ ਗਿਆ ਆਪਣੀ ਟੀਮ ਨੂੰ ਲੈ ਕੇ, ਬਹੁਤ ਸਾਰੇ ਕਿਸਾਨਾਂ 'ਤੇ ਗੰਦੇ ਪਾਣੀ ਦੀਆਂ ਵਿਛਾੜਾਂ ਮਾਰੀਆਂ। ਜਿਵੇਂ ਜਿਵੇਂ ਉੱਥੇ ਬੈਰੀਕੇਡ ਲਾਏ ਉਹ ਅੜਿੱਕ ਕੇ ਸਾਰੇ ਇਹਨਾਂ ਨੇ ਚੱਕ ਤੇ, ਤਕਰਾਰ ਹੋਇਆ ਨੁਕਸਾਨ ਕੀਤਾ। ਮੈਂ ਅਕਸਰ ਕਹਿੰਦਾ ਕਿ ਖਰਬੂਜੇ 'ਤੇ ਛੁਰੀ ਡਿੱਗੇ ਜਾਂ ਖਰਬੂਜਾ ਛੁਰੀ 'ਤੇ ਡਿੱਗੇ, ਨੁਕਸਾਨ ਖਰਬੂਜੇ ਦਾ ਹੈ। ਸੋ ਭਗਵੰਤ ਮਾਨ ਜੀ, ਮੈਂ ਛੋਟੇ ਵੀਰ ਨੂੰ ਬੇਨਤੀ ਕਰਦਾ ਇਹਨੂੰ ਕਿਸੇ ਸਰਬ ਪ੍ਰਵਾਨਿਤ ਤਰੀਕੇ ਨਾਲ ਨਜਿੱਠੋ। ਜੇ ਤੁਸੀਂ ਸਿੰਪਲ ਤੌਰ 'ਤੇ ਗ੍ਰਿਫਤਾਰ ਕੀਤਾ ਹੁੰਦਾ, ਦੂਜੀ ਵਾਰ ਗ੍ਰਿਫਤਾਰ ਨਾ ਕਰਦੇ ਮਾਮਲਾ ਹੀ ਨਹੀਂ ਸੀ ਹੋਣਾ। ਤੁਹਾਡਾ ਇਹ ਮਨ ਅਤੇ ਇਹ ਇਲਜ਼ਾਮ ਲੱਗਣ ਕਿ ਉਹਦੀ ਇੰਟੈਰੋਗੇਸ਼ਨ ਵੇਲੇ ਦੀਆਂ ਤਸਵੀਰਾਂ ਵੀ ਪਤਾ ਨਹੀਂ ਕਿੱਥੋਂ ਕਿੱਥੋਂ ਤੱਕ ਕਿਹਨੂੰ ਪਹੁੰਚਾਈਆਂ ਨੇ, ਚਰਚਾ ਬਹੁਤ ਚੱਲਦੀ ਹੈ। ਉੱਥੇ ਬਹੁਤ ਆਗੂ ਅਤੇ ਤੁਸੀਂ ਤਾਂ ਇਹ ਵਿਰੋਧ ਭਾਵ ਜਦੋਂ ਕਿਸੇ ਚੀਜ਼ ਨੂੰ ਦਬਾਓਗੇ ਉਹ ਦੁੱਗਣੇ
ਬਲ ਦੇ ਨਾਲ ਉੱਪਰ ਉੱਠਦੀ ਹੈ ਅਤੇ ਇਸ ਵੇਲੇ ਵੀ ਅਜਿਹਾ ਹੀ ਨਜ਼ਰ ਆ ਰਿਹਾ। ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਇਹ ਨਾ ਨਜਿੱਠਿਆ ਤਾਂ ਫਿਰ ਤੁਸੀਂ ਲੋਕਾਂ ਨੂੰ ਦੱਸਦੇ ਹੋ ਨਾ 13-0 ਇਹ ਜੀਰੋ ਵਾਲਾ ਮਾਮਲਾ ਕਿਸੇ ਪਾਸੇ ਹੋਰ ਨਾ ਹੋ ਜੇ। ਇਹਨੂੰ ਬਹੁਤ ਧਿਆਨ ਨਾਲ ਵਿਚਾਰਨ ਦੀ ਜ਼ਰੂਰਤ ਹੈ। ਤੁਸੀਂ ਮੁੱਖ ਮੰਤਰੀ ਹੋ, ਵੱਡੇ ਦਿਲ ਦੇ ਨਾਲ ਬੈਠੋ, ਗੱਲ ਸੁਣੋ, ਇਹਨੂੰ ਸਮੇਟੋ, ਨਜਿੱਠੋ। ਅਤੇ ਦੂਜੇ ਪਾਸੇ ਕਿਸਾਨਾਂ ਨੇ ਕਹਿੰਦੇ ਪੰਜਾਬ ਦੇ ਸਾਰੇ ਟੋਲ ਪਲਾਜ਼ੇ ਆ ਜਿਹੜੇ ਉਹ ਫ੍ਰੀ ਕਰਤੇ ਹੈ ਅਤੇ ਕਿਸਾਨ ਉੱਥੇ ਆ ਕੇ ਬੈਠ ਗਿਆ ਮੇਰੇ ਖਿਆਲ ਜੀ ਬੈਠੇ ਨੇ ਜੀ ਕਿਸਾਨ ਉੱਥੇ ਬੈਠੇ ਨੇ ਆ ਸਾਡੇ ਨੇੜੇ ਹੀ ਆ ਇੱਥੋਂ 3 ਕਿਲੋਮੀਟਰ 'ਤੇ ਧਰੇੜੀ ਜੱਟਾਂ ਟੋਲ ਪਲਾਜ਼ਾ ਉਹ ਵੀ ਅੱਜ ਕਿਸਾਨਾਂ ਨੇ ਫ੍ਰੀ ਕਰ ਦਿੱਤਾ ਹੈਗਾ। ਮੇਰਾ ਖਿਆਲ ਇਸ ਤਰ੍ਹਾਂ ਦਾ ਟਕਰਾਅ ਇਹ ਸਰਕਾਰਾਂ ਵਾਸਤੇ ਨੁਕਸਾਨਦੇਹ ਹੈ। ਜਿੰਨੇ ਤੇਜ਼ੀ ਨਾਲ ਤੁਸੀਂ ਅਕਸ ਬਣਿਆ ਸੀ ਲੋਕ ਉਹਨਾਂ ਤੋਂ ਫੇਲ, ਅਕਾਲੀ ਭਾਜਪਾ ਕਾਂਗਰਸ ਉਹਨਾਂ ਦੇ ਵਿਰੋਧ ਦੇ ਵਿੱਚ ਤੁਹਾਨੂੰ ਵੋਟਾਂ ਪਾਈਆਂ ਸੀ ਅਤੇ ਤੁਸੀਂ ਉਹਦਾ ਫਾਇਦਾ ਨਹੀਂ ਉਠਾ ਸਕੇ। ਕਿਰਪਾ ਕਰੋ, ਇਹਨੂੰ ਨਜਿੱਠੋ ਅਤੇ ਪੰਜਾਬ ਦੇ ਮਸਲਿਆਂ ਵੱਲ ਤਰਜੀਹ ਦਿਓ। ਤੁਹਾਡਾ ਦੋਹਰਾ ਮਾਪਦੰਡ ਜੇ ਦਿੱਲੀ ਪੁਲਿਸ ਐਕਸ਼ਨ ਕਰਦੀ ਹੈ ਸਾਡੇ 'ਤੇ ਧੱਕਾ ਹੋ ਰਿਹਾ। ਕੇਜਰੀਵਾਲ ਸਾਹਿਬ ਤਾਂ ਬੜੇ ਸੱਚੇ ਸੁੱਚੇ ਨੇ ਅਤੇ ਫਿਰ ਜਾਓ ਜਾ ਕੇ ਸਫਾਈ ਈਡੀ ਨੂੰ ਦੇ ਦਿਓ। ਮੈਂ ਸਮਝਦਾ ਇਹਦੇ ਤੋਂ ਬਚਣ ਦੀ ਬਹੁਤ ਵੱਡੀ ਪੱਧਰ 'ਤੇ ਲੋੜ ਹੈ ਜੀ। ਸੋ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਜਿਹੜੇ ਪ੍ਰਵਾਸੀ ਪੰਜਾਬੀ ਨੇ ਉਹਨਾਂ ਨਾਲ ਮਿਲਣੀ ਕੀਤੀ ਗਈ, ਉਹਨਾਂ ਨਾਲ ਅੱਗੇ ਮੁਲਾਕਾਤ ਕੀਤੀ ਗਈ ਹੈ ਜੀ। ਇਹ ਚਮਰੌੜ ਪਿੰਡ ਹੈ ਪਠਾਨਕੋਟ ਜ਼ਿਲ੍ਹੇ ਦਾ, ਜਿਹਨੂੰ ਮੰਨੀ ਗੋਆ ਦੇ ਮਿੰਨੀ ਗੋਆ ਦੇ ਨਾਲ ਨਾਲ ਜਾਣਿਆ ਜਾਂਦਾ। ਉੱਥੇ ਮੁੱਖ ਮੰਤਰੀ ਗਏ ਨੇ, ਕਹਿੰਦੇ ਤੁਸੀਂ ਤਾਂ ਸਾਡੇ ਅੱਖੀਆਂ ਦੇ ਤਾਰੇ ਹੋ ਅਤੇ ਜਿਹੜੀਆਂ ਸਮੱਸਿਆਵਾਂ ਹੁਣ ਤੱਕ ਆਈਆਂ ਵੀ ਹੈ ਉਹ ਸਾਰੀਆਂ ਹੱਲ ਹੋ ਗਈਆਂ, ਉਹ ਸਾਰੀਆਂ ਨਿਬੜ ਗਈਆਂ। ਜਿਹੜੀਆਂ ਪਹਿਲਾਂ 4-5 ਥਾਵਾਂ ਦੇ ਉੱਤੇ 3-3, 4-4 ਜ਼ਿਲ੍ਹਿਆਂ ਦੀਆਂ ਕੁਲਦੀਪ ਸਿੰਘ ਧਾਲੀਵਾਲ ਨੇ ਕਿਹਾ ਸੀ ਕਿ ਇਸ ਦਾ ਪੋਰਟਲ ਬਣਾ ਦਿਆਂਗੇ, ਸ਼ਿਕਾਇਤ ਉੱਥੇ ਕਰ ਦਿਓ, ਉਹਦੇ ਅੰਕੜੇ ਵੀ ਦੇ ਦਿਓ ਕਿ ਕਿੰਨੀਆਂ ਸ਼ਿਕਾਇਤਾਂ ਆਈਆਂ, ਕਿੰਨੇ ਨਿਬੜ ਗਈਆਂ ਅਤੇ ਕਿੰਨੀਆਂ ਅੱਜ ਤੁਹਾਡੇ ਕੋਲ ਆਈਆਂ ਨੇ ਅਤੇ ਕਦੋਂ ਤੱਕ ਨਿਬੜ ਜਾਣਗੀਆਂ। ਔਰ ਕਈ ਵਾਰ ਤਾਂ ਕਹਿੰਦੇ ਮੁਲਾਜ਼ਮਾਂ ਤੋਂ ਬੇਇੱਜ਼ਤੀ ਦਾ ਸਾਹਮਣਾ ਕਰਨਾ ਪੈਂਦਾ ਸੀ, ਉਹਨਾਂ ਦੇ ਬੱਚੇ ਕਹਿੰਦੇ ਸਨ ਕਿ ਇੱਥੋਂ ਵਾਪਸ ਲੈ ਜਾਓ, ਥਾਣਿਆਂ ਵਿੱਚ ਕੰਮ ਕਰਾਉਣ ਲਈ NRI ਜੀ ਨੂੰ ਚੱਕਰ ਲਾਉਣੇ ਪੈਂਦੇ ਸੀ, ਜੇਬਾਂ ਗਰਮ ਕਰਨੀਆਂ ਪੈਂਦੀਆਂ ਅਤੇ ਥੋੜ੍ਹੇ ਵਿਸਥਾਰ ਦੇ ਵਿੱਚ ਦੱਸ ਦਿਓ ਕਿ ਜਿਹੜਾ ਉਹ ਠੇਕੇ ਵਾਲਿਆਂ ਨੇ ਅੰਮ੍ਰਿਤਸਰ ਦੇ ਵਿੱਚ NRI ਦੇ ਨਾਲ ਕੀ ਕੀਤਾ ਸੀ, ਉਹ ਸਾਰਾ ਮਸਲਾ ਹੱਲ ਹੋ ਗਿਆ। ਸਰਬਜੀਤ ਕੌਰ ਮਾਨੂ ਕਿ ਤੁਹਾਡੀ ਇੱਕ MLA ਹੈ ਜੀ ਤੇ ਦੋਸ਼ ਲੱਗਦਾ ਹੈ ਕਿ ਪ੍ਰਵਾਸੀ ਭਾਰਤੀ ਦੀ ਕੋਠੀ 'ਤੇ ਕਥਿਤ ਕਬਜ਼ਾ ਕੀਤਾ, ਉੱਥੇ ਕਾਰਵਾਈ ਕੀਤੀ ਤੁਸੀਂ ਕੋਈ? ਇਸ ਤਰ੍ਹਾਂ ਦੇ ਸੰਮੇਲਨ ਕਰ ਲੈਣੇ ਅਮਲਾਂ ਦੇ ਹੋਣਗੇ ਨਿਬੇੜੇ, ਜਾਂ ਤੇਰੀ ਪੁੱਛਣੀ ਸੰਮੇਲਨਾਂ ਦੀ ਲੋੜ ਹੀ ਨਹੀਂ ਪੈਣੀ ਜਿੱਦਣ ਉਹਨਾਂ ਦੀਆਂ ਮੰਗਾਂ ਨੂੰ ਤੁਸੀਂ ਸਾਰਥਕ ਰੂਪ ਦੇ ਵਿੱਚ ਹੱਲ ਕਰਤਾ। ਇਹ ਬਹੁਤ ਜ਼ਰੂਰੀ ਹੈ ਜੀ ਜੀ। ਸੋ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਵੱਲੋਂ ਜੋ ਕਿ ਜੋ ਫੈਸਲੇ ਲਏ ਜਾਂਦੇ ਨੇ ਇੱਕ ਪਾਸਲਾ ਲਏ ਜਾਂਦੇ ਨੇ ਜਿਹਦੇ ਚੱਲਦੇ ਸ਼੍ਰੋਮਣੀ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨਵੀਂ ਮੁਸੀਬਤ ਛੇੜ ਰਹੀ ਆਪਣੇ ਆਪ ਲਈ ਜੀ। ਦੇਖੋ ਜਿਹੜਾ ਇਹ ਜਨਰਲ ਇਜਲਾਸ ਬੁਲਾਇਆ
ਮਾੜਾ ਜਿਹਾ ਸੁਖਬੀਰ ਸਿੰਘ ਲੋਕਾਂ ਦੇ ਵਿੱਚ ਜਾਣ ਜੋਗੇ ਹੁੰਦੇ ਆ, ਇਹ ਨਵਾਂ ਖੜਾ ਕਰ ਦਿੰਦੇ ਆ ਪੰਗਾ। ਕਿਹਨੇ ਸਲਾਹ ਦਿੱਤੀ ਹੈ ਕਿ ਜਨਰਲ ਇਜਲਾਸ ਸ਼੍ਰੋਮਣੀ ਕਮੇਟੀ ਸੱਦੇ ਅਤੇ ਮੁੱਖ ਮੰਤਰੀ ਦਾ ਅਸਤੀਫਾ ਮੰਗੇ? ਹੁਣ ਬਹੁਤ ਸਾਰੇ ਜਿਹੜੇ ਪੰਥ ਧਾਰਮਿਕ ਆਗੂ ਆ ਮਾਹਰ ਹੈ, ਉਹ ਕਹਿੰਦੇ ਜਦੋਂ ਇੱਕ ਜਥੇਦਾਰ ਨੂੰ ਬਾਥਰੂਮ ਆ ਪਖਾਨਿਆਂ 'ਚ ਵੜਨਾ ਪੈ ਗਿਆ, ਠੁੱਡੇ ਮਾਰੇ ਗਏ ਸੀ, ਉਦੋਂ ਕੋਈ ਜਨਰਲ ਇਜਲਾਸ ਸੱਦਿਆ? ਜਦਰ ਗੁਰਦੇਵ ਸਿੰਘ ਕੌਂਕੇ ਦੇ ਮਾਮਲੇ ਵਿੱਚ ਰਿਪੋਰਟ ਦੱਬੀ ਰਹੀ, ਤੁਹਾਡਾ ਜਥੇਦਾਰ ਸੀ ਪੂਰੀ ਸਿੱਖ ਕੌਮ ਦਾ, ਉਦੋਂ ਤੁਸੀਂ ਕੋਈ ਜਨਰਲ ਇਜਲਾਸ ਸੱਦਣ ਦੀ ਜ਼ਰੂਰਤ ਕੀਤੀ? ਸਾਕਾ ਨੀਲਾ ਤਾਰਾ ਵਾਸਤੇ ਕਿਹਦੀ ਕਿਹਦੀ ਭੂਮਿਕਾ ਤੁਸੀਂ ਉਦੋਂ ਕੀਤਾ? ਇਸੇ ਤਰ੍ਹਾਂ ਨਿਰੰਕਾਰੀ ਕਾਂਡ ਵਾਪਰਿਆ, ਉਦੋਂ ਤੁਸੀਂ ਇਹ ਸਾਰਾ ਕੁਝ ਸੱਦਿਆ, ਤਾਂ ਹੁਣ ਕਿਉਂ ਸੱਦਿਆ ਜਾ ਰਿਹਾ ਹੈ? ਦੋ ਨਿੰਗ ਜਥੇਬੰਦੀਆਂ ਦੀ ਲੜਾਈ ਹੈ, ਕਬਜ਼ੇ ਦੀ ਹੋਊਗੀ? ਬਾਬਾ ਬਲਵੀਰ ਸਿੰਘ ਕਹਿੰਦੇ ਨੇ ਕਿ ਮੈਨੂੰ ਤਾਂ ਸੁਣਿਆ ਹੀ ਨਹੀਂ ਜਥੇਦਾਰ ਸਾਹਿਬ ਨੇ, ਇੱਕ ਪਾਸੜ ਫੈਸਲਾ ਦੇਤਾ। ਇਹ ਗੱਲ ਉਹਨਾਂ ਵੱਲੋਂ ਕਹੀ ਜਾ ਰਹੀ ਹੈ। ਸੋ ਇਸ ਸੰਬੰਧ ਦੇ ਵਿੱਚ ਉਹ ਕਹਿੰਦੇ ਆ ਕਿ ਉਦੋਂ ਇਜਲਾਸ ਕਿਉਂ ਨਾ ਸੱਦੇ ਗਏ, ਅੱਜ ਇਜਲਾਸ ਕਿਉਂ ਹੈ? ਇਹ ਇਜਲਾਸ ਕਰਕੇ ਵੀ ਇਹਨਾਂ ਨੇ ਆਪਣੇ ਗੱਲ 'ਚ ਪਾ ਲਿਆ ਸਾਰਾ ਕੁਝ। ਬਹੁਤ ਸਾਰੇ ਬੁੱਧੀਜੀਵੀ ਅਤੇ ਸਿਆਸੀ ਅਤੇ ਜਿਹੜੇ ਧਾਰਮਿਕ ਤੌਰ 'ਤੇ ਮਾਹਰ ਹੈ ਇਹ ਗੱਲਾਂ ਉਹ ਦੱਸ ਰਹੇ ਨੇ ਜੀ ਕਿ ਇਹ ਜਿਹੜਾ ਇਜਲਾਸ ਸੱਦਿਆ ਗਿਆ ਇਹ ਇਹਨਾਂ ਦਾ ਨਹੀਂ, ਕਿਸੇ ਹੋਰ ਪਾਸੋਂ ਹੁਕਮ ਆਇਆ ਸੀ ਉਹਦੇ ਕਾਰਨ ਸੱਦਣਾ ਪਿਆ, ਜਿਹਦੇ ਕਰਕੇ ਇਹ ਮਸਲਾ ਉੱਠ ਖੜਿਆ ਜੀ। ਸੋ ਨਾਲੇ ਗੱਲ ਕਰਦੇ ਹਾਂ ਪੰਜਾਬ ਦੇ ਵਿੱਚ ਰੇਤ ਦੀਆਂ ਕੀਮਤਾਂ ਨੇ, ਉਹਨਾਂ ਦੇ ਵਿੱਚ ਹੋਰ ਜ਼ਿਆਦਾ ਵਾਧਾ ਹੋ ਗਿਆ। ਇਹ ਗੱਲ ਤੁਸੀਂ ਠੀਕ ਕਹਿ ਰਹੇ ਹੋ ਕਿ ਰੇਤ ਜਿਵੇਂ ਸਰਕਾਰ ਨੇ ਦਾਅਵਾ ਕੀਤਾ ਸੀ ਉਸੇ ਤਰੀਕੇ ਦੇ ਨਾਲ ਇਹ ਸਾਰਾ ਕੁਝ ਹੋ ਨਹੀਂ ਰਿਹਾ। ਅਤੇ ਹੁਣ ਮੁੱਖ ਮੰਤਰੀ ਸਾਹਿਬ ਦਾ ਬਿਆਨ ਛਪਿਆ ਹੈ ਕਿ ਮੈਂ ਤਾਂ ਸਾਰੇ ਡੀ ਸੀ ਜੀ ਨੂੰ ਕਹਿਤਾ ਆਪਣੇ ਆਪਣੇ ਜ਼ਿਲ੍ਹਿਆਂ ਵਿੱਚ ਖੱਡਾਂ ਦੀ ਨਿਗਰਾਨੀ ਉਹ ਕਰੋ, ਉਹ ਦੇਖਣ। ਕਿਆ ਕਮਾਲ ਦੀ ਗੱਲ ਹੈ! ਜ਼ਰੂਰ ਕਿਉਂਕਿ ਡੀ ਸੀਆਂ ਦਾ ਕੰਮ ਬੰਦ ਹੈ, ਪਰ ਚੈੱਕ ਕੌਣ ਕਰੂ? ਉਹਨਾਂ ਦੇ ਉੱਤੇ ਚੈੱਕ ਵੀ ਲਾ ਦਿਓ। ਤੁਹਾਡੇ ਕੋਲ ਕੰਮ ਜ਼ਿਆਦਾ, ਬਿਲਕੁਲ ਡੀ ਸੀਆਂ ਨੂੰ ਧਿਆਨ ਰੱਖਣਾ ਚਾਹੀਦਾ। ਕਹਿੰਦੇ 60 ਜਨਤਕ ਖੱਡਾਂ ਦੀ ਪਛਾਣ ਕੀਤੀ ਹੈ ਜਿਨ੍ਹਾਂ 'ਚੋਂ ਸਿਰਫ 9 ਕੰਮ ਕਰ ਰਹੀਆਂ ਨੇ, ਰੂਪਨਗਰ, ਜਲੰਧਰ, ਹੁਸ਼ਿਆਰਪੁਰ 1-1, ਮੋਹਾਲੀ 'ਚ 2, ਲੁਧਿਆਣੇ 'ਚ 4, ਸੂਬੇ ਵਿੱਚ 65 ਵਪਾਰਕ ਖੁਦਾਈ ਲਈ ਖੱਡਾਂ ਨੇ, ਇਹਨਾਂ 'ਚੋਂ 12 ਕੰਮ ਕਰਦੀਆਂ ਨੇ। ਲੁਧਿਆਣਾ 'ਚ 4, ਨਵਾਂਸ਼ਹਿਰ 2, ਫਾਜ਼ਿਲਕਾ 3, ਤਰਨ ਤਾਰਨ, ਜਲੰਧਰ, ਹੁਸ਼ਿਆਰਪੁਰ 1-1, ਇਹ ਜਿਹੜੀਆਂ ਖਾਨਾਂ ਨੇ ਉਹ ਕੰਮ ਕਰ ਰਹੀਆਂ ਨੇ।
ਉਹ ਕਹਿੰਦੇ 200 ਕਿਊਬਿਕ ਫੁੱਟ ਦਾ ਜਿਹੜਾ ਟਿੱਪਰ ਹੈ 5 ਕਿਲੋਮੀਟਰ ਲਈ 800 ਰੁਪਏ ਦੀ ਵਾਧੂ ਲਾਗਤ ਦੇਣੀ ਪੈਂਦੀ ਹੈ 5 ਕਿਲੋਮੀਟਰ 'ਚ। ਕਹਿੰਦੇ ਮਕਾਨ ਦੇ ਇੱਕ ਬਿਲਡਰ ਨੇ ਕਿਹਾ ਕਿ ਰੇਤ ਦੀ ਘਾਟ ਕਾਰਨ ਕੀਮਤਾਂ ਵਿੱਚ ਵਾਧਾ ਹੋ ਗਿਆ, ਜਿਹੜਾ ਟਿੱਪਰ 200 ਕਿਊਬਿਕ ਫੁੱਟ ਦਾ 1200 ਰੁਪਏ ਦਾ ਬਣਦਾ ਹੈ ਉਸਾਰੀ ਵਾਲੀ ਥਾਂ ਤੱਕ ਪਹੁੰਚਣ 'ਤੇ 7 ਤੋਂ 10 ਹਜ਼ਾਰ 'ਚ ਪੈ ਰਿਹਾ। ਅਤੇ ਫਿਰ 20,000 ਕਰੋੜ ਦਾ ਜਿਹੜਾ ਕਿਹਾ ਸੀਗਾ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ, ਕਿੱਧਰ ਗਏ? ਜਿਵੇਂ ਇੱਕ ਸਾਡੇ ਕਲਾਕਾਰ ਹੁੰਦੇ ਸੀਗੇ, ਗਾਇਕ ਹਾਕਮ ਸੂਫੀ, ਉਹਨਾਂ ਦਾ ਇੱਕ ਗੀਤ ਹੈ, ਕਹਿੰਦਾ ਅੱਕਾਂ ਦੇ ਭੰਬੂਆਂ ਵਾਂਗੂ ਤੇਰੇ ਵਾਅਦੇ ਉੱਡ ਪੁੱਟ ਗਏ। ਇਹ ਵਾਅਦੇ ਉੱਡ ਪੁੱਟ ਜਾ ਰਹੇ ਨੇ। ਸੋ ਚਾਹੀਦਾ ਤਾਂ ਇਹ ਹੈ ਕਿ ਇਹਨਾਂ ਨੂੰ ਨਿਯਮਤ ਕੀਤਾ ਜਾਵੇ, ਆਮ ਲੋਕਾਂ ਦੀ ਪਹੁੰਚ ਲਿਆਂਦਾ ਜਾਵੇ। ਇਹ ਤਾਂ ਹੋਵੇਗਾ ਜੇ ਮੁੱਖ ਮੰਤਰੀ ਸਾਹਿਬ ਤੁਸੀਂ ਆਪ ਇਹਨਾਂ 'ਤੇ ਚੈੱਕ ਪੋਸਟ ਦਾ ਨਾਲ ਰਖਾਓ ਅਤੇ ਜਿਹੜਾ ਗਲਤ ਕਰਦਾ ਉਹ 'ਤੇ ਕਾਰਵਾਈ ਕਰੋ। ਇੱਕ ਕਾਂ ਮਾਰ ਕੇ ਟੰਗ ਤਾਂ ਅਤੇ ਸਾਰੇ ਸੁਧਰ ਜਾਣਗੇ। ਜੀ ਸੋ ਨਾਲ ਹੀ ਗੱਲ ਕਰਦੇ ਹਾਂ, ਰਾਮੂ ਵਾਲੀਆ ਵੱਲੋਂ ਹਰਿਆਣੇ ਦੇ ਗ੍ਰਹਿ ਮੰਤਰੀ ਦਾ ਸਨਮਾਨ ਕੀਤਾ ਗਿਆ। ਡਾਕਟਰ ਸਾਹਿਬ ਬਲਵੰਤ ਸਿੰਘ ਰਾਮੂ ਵਾਲੀਆ ਜਿਨ੍ਹਾਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਵਿਦੇਸ਼ਾਂ ਦੇ ਵਿੱਚੋਂ ਏਜੰਟਾਂ ਰਾਹੀਂ ਕਥਿਤ ਠੱਗੀਆਂ ਦੇ ਸ਼ਿਕਾਰ ਲੋਕਾਂ ਨੂੰ ਲਿਆਂਦਾ ਵੀ, ਉਹਨਾਂ 'ਤੇ ਕਾਰਵਾਈ ਵੀ ਕਰਵਾਈ। ਦਿੱਲੀ ਦੇ ਵਿੱਚ ਜਿਹੜਾ ਡਰਾਈਵਰਾਂ ਨਾਲ ਹੁੰਦੀ ਸੀ ਉਹਦੇ ਉੱਤੇ ਵੀ ਆਵਾਜ਼ ਬੁਲੰਦ ਕੀਤੀ। ਉਹ ਕਹਿੰਦੇ ਕਿ ਤੁਸੀਂ ਇੱਕ ਕਾਨੂੰਨ ਬਣਾਇਆ ਹਰਿਆਣਾ ਟਰੈਵਲ ਏਜੰਟ ਪੰਜੀਕਰਨ 2024 ਜਿਹਦੇ ਵਿੱਚ 10 ਸਾਲ ਦੀ ਕੈਦ ਅਤੇ 10 ਲੱਖ ਦਾ ਜੁਰਮਾਨਾ ਹੈ। ਜੁਰਮਾਨੇ ਬਾਰੇ ਕੋਈ ਕਹਿ ਰਿਹਾ ਸੀ ਕਿ ਸ਼ਾਇਦ ਘੱਟ ਹੈ, ਇੱਕ ਅਖਬਾਰ ਦੇ ਵਿੱਚ ਇਹ 10 ਲੱਖ ਛਪਿਆ। ਉਹ ਕਹਿੰਦੇ ਕਿ ਪੰਜਾਬ ਵੀ ਬਣਾਵੇ ਇਹੋ ਜਿਹਾ ਕਾਨੂੰਨ। ਪੰਜਾਬ ਦੇ ਵਿੱਚ 30,000 ਏਕੜ ਜ਼ਮੀਨ ਪ੍ਰਵਾਸੀ ਭਾਰਤੀਆਂ ਦੀ ਠੱਗੀ ਦਾ ਸ਼ਿਕਾਰ ਹੋਈ ਹੈ ਅਤੇ 5,000 ਕਰੋੜ ਰੁਪਈਆ। ਮੇਰਾ ਖਿਆਲ ਅੱਜ NRI ਸੰਮੇਲਨ ਕਰਾਉਣਗੇ ਮੁੱਖ ਮੰਤਰੀ ਸਾਹਿਬ ਨੇ, ਪੜ੍ਹ ਲਿਆ ਹੋਣਾ ਅੰਕੜਾ। ਅਤੇ ਜੇ ਐਡੇ ਪੱਧੇ ਪੱਧਰ 'ਤੇ ਇਹ ਸਾਰਾ ਕੁਛ ਵਾਪਰ ਰਿਹਾ ਤਾਂ ਇਹ ਸਾਰਾ ਸਾਡੇ ਸਾਹਮਣੇ ਹੈ। ਇਹਦੇ ਵਿੱਚ ਮੈਂ ਮਹਿਸੂਸ ਕਰਦਾ ਕਿ ਇਸ ਤਰ੍ਹਾਂ ਦਾ ਸਖਤ ਕਾਨੂੰਨ ਸਾਡੇ ਵੀ ਬਣਨਾ ਚਾਹੀਦਾ। ਪਤਾ ਨਹੀਂ ਲੋਕਾਂ ਨੂੰ ਕਿਉਂ ਇਸ ਤਰ੍ਹਾਂ ਦਾ ਲੱਗਿਆ ਹੋਇਆ ਇੱਕ ਹਾਊਸ ਬਣੀ ਵੀ ਹੈ ਕਿ ਵਿਦੇਸ਼ਾਂ ਦੇ ਵਿੱਚ। ਅਸਲ ਦੇ ਵਿੱਚ ਸਾਡੇ ਸਿਆਸਤਦਾਨਾਂ ਨੇ ਇੱਥੋਂ ਦਾ ਮਾਹੌਲ ਨਹੀਂ ਬਣਨ ਦਿੱਤਾ, ਮਾਹੌਲ ਹੀ ਹੋਰ ਪੈਦਾ ਕਰ ਦਿੱਤਾ ਜਿਹਦੇ ਕਰਕੇ ਲੋਕਾਂ ਨੂੰ ਬਾਹਰ ਜਾ ਕੇ ਵਿਦੇਸ਼ਾਂ ਦੇ ਵੱਲ ਰੁੱਖ ਕਰਨਾ ਪੈ ਰਿਹਾ ਅਤੇ ਬਹੁਤ ਸਾਰੇ ਠੱਗੀਆਂ ਦਾ ਸ਼ਿਕਾਰ ਵੀ ਹੋ ਰਹੇ ਨੇ। ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਇੰਨੇ। ਢਿੱਲੋਂ ਸਾਹਿਬ ਤੁਸੀਂ ਪ੍ਰੋਗਰਾਮ ਦਾ ਹਿੱਸਾ ਬਣੇ, ਤੁਹਾਡਾ ਬਹੁਤ ਬਹੁਤ ਸ਼ੁਕਰੀਆ ਜੀ। ਮਿਹਰਬਾਨੀ। ਪ੍ਰੋਗਰਾਮ ਲੈ ਕੇ ਕੱਲ੍ਹ ਫਿਰ ਹਾਜ਼ਰ ਹੋਵਾਂਗੇ। ਧੰਨਵਾਦ।